ਵਪਾਰ ਦੇ ਧੰਦੇ ਦੀਆਂ ਖਬਰਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ, ਜਿਸ 'ਚ ਮੁੰਡੇ ਕੁੜੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਂਦੀ ਹੈ। ਇਹ ਵੀ ਮਾਮਲਾ ਉਸੇ ਤਰ੍ਹਾਂ ਦਾ ਹੈ ਜੋ ਮੋਗਾ ਦੇ ਬੱਸ ਸਟੈਂਡ ਦੇ ਨਜ਼ਦੀਕ ਭਗਤ ਸਿੰਘ ਮਾਰਕੀਟ ਵਿੱਚ ਸਥਿਤ ਇਸ ਹੋਟਲ ਦਾ, ਜਿਸ ਵਿੱਚ 7 ਮੁੰਡੇ ਅਤੇ 7 ਕੁੜੀਆਂ ਨੂੰ ਹਿਰਾਸਤ 'ਚ ਲਿਆ। ਹੈਰਾਨੀਜਨਕ ਗੱਲ ਇਹ ਵੀ ਰਹੀ ਕਿ ਇਹਨਾਂ ਕੁੜੀਆਂ ਵਿੱਚ ਇੱਕ ਚੂੜੇ ਵਾਲੀ ਕੁੜੀ ਵੀ ਸੀ, ਜਿਸ ਨੂੰ ਵੇਖ ਸਾਰੇ ਹੈਰਾਨ ਸੀ। ਦਰਅਸਲ ਉੱਥੋਂ ਤੋਂ ਮੁਹੱਲਾ ਵਾਸੀ ਕਾਫ਼ੀ ਪਰੇਸ਼ਾਨ ਸੀ, ਜਿਸ ਦੇ ਚੱਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੁਲਿਸ ਨੇ ਛਾਪਾ ਮਾਰਿਆ ਅਤੇ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇੱਥੇ ਕੋਈ ਬਰੋਥਲ ਟਾਈਪ ਇੱਦਾਂ ਦਾ ਚੱਲਦਾ, ਅਤੇ ਉਹਦੇ ਬਿਹਾਫ 'ਤੇ ਅਸੀਂ ਰੇਡ ਕੀਤੀ ਹੈ। CIA ਇੰਸਪੈਕਟਰ ਫਿਕਰ ਸਿੰਘ ਅਤੇ ਅਸੀਂ ਇਕੱਠੇ ਰਲ ਕੇ ਕੀਤੀ ਹੈ ਰੇਡ, ਅਤੇ ਇਹਦੇ 'ਚ ਸਾਨੂੰ 6-7 ਮਤਲਬ 7 ਕੁ ਕੁੜੀਆਂ ਅਤੇ 7 ਕੁ ਮੁੰਡੇ ਮਿਲੇ ਹੈ। ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਵੀ ਕੀ ਹੁਣ ਇਹਨਾਂ ਦਾ ਕੀ ਹੈ ਸਾਰਾ ਕੁਛ। ਜੀ ਹੋਰ ਹਜੇ ਕੋਈ ਹੋਰ ਤਾਂ ਕੋਈ ਨਹੀਂ ਬਰਾਮਦਗੀ ਹੋਈ, ਬਾਕੀ ਇਹਨਾਂ ਨੂੰ ਪੁੱਛਗਿੱਛ ਕਰਦੇ ਹਾਂ, ਦੇਖਦੇ ਹਾਂ ਕੀ ਸਾਰੀ ਗੱਲ ਹੈ। ਅਗਲੇਰੀ ਕਾਰਵਾਈ ਕੀ ਹੈ ਸਰ ਪੁਲਿਸ ਵਿੱਚ? ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਾਂਗੇ ਵੀ ਇਹ ਕਿੱਥੋਂ ਕੁੜੀਆਂ ਆਈਆਂ, ਕੀ ਕਰਦੀਆਂ, ਕਿੱਦਾਂ ਕਿੱਦਾਂ ਆਉਂਦੀਆਂ, ਕਿੱਦਾਂ ਜਾਂਦੀਆਂ, ਕਿੰਨੇ ਪੈਸੇ ਦਿੰਦੇ, ਕੀ ਕਰਦੇ। ਸੁਣਿਆ ਇਹੀ ਹੈ, ਬਾਕੀ ਇਨਵੈਸਟੀਗੇਸ਼ਨ 'ਚ ਪਤਾ ਲੱਗੂਗਾ। ਸਾਡੇ ਕੋਲ ਇਨਫੋਰਮੇਸ਼ਨ ਇਹੀ ਸੀ, ਹੋਟਲ ਦਾ ਮਾਲਕ ਕੋਈ ਜਸਵਿੰਦਰ ਵਜੋਂ ਸਾਡੇ ਕੋਲ ਕਾਬੂ ਹੈ। ਪਤਾ ਨਹੀਂ ਨਾ ਜਸਵਿੰਦਰ ਕੋਲ ਨਾ ਕੋਈ ਇੱਦਾਂ ਸੁਣਿਆ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਮੁਤਾਬਕ ਹੁਣ ਨਾ ਪਤਾ ਨਹੀਂ ਕੀ ਹੋਊਗਾ ਅੱਗੇ। ਸੱਤ ਲੇਡੀਜ਼ ਅਤੇ 7 ਮੁੰਡੇ। ਪੁਲਿਸ ਨੇ ਹੋਟਲ ਦੇ CCTV ਕੈਮਰਿਆਂ ਦੀ ਫੁਟੇਜ ਅਤੇ ਹੋਟਲ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ। ਸਾਡਾ ਸਮਾਜ ਅਤੇ ਕਾਨੂੰਨ ਕਦੇ ਵੀ ਗਲਤ ਰਿਸ਼ਤਿਆਂ ਨੂੰ ਪ੍ਰਵਾਨ ਨਹੀਂ ਕਰਦਾ, ਭਾਵੇਂ ਕਿ ਕੁਝ ਲੋਕ ਐਸ਼ ਪ੍ਰਸਤੀ ਅਤੇ ਪੈਸੇ ਦੀ ਲਾਲਸਾ ਕਾਰਨ ਇਸ ਧੰਦੇ ਵਿੱਚ ਗਲਤਾਨ ਹੁੰਦੇ ਨੇ ਅਤੇ ਉਹ ਵੱਡੀ ਮੁਸੀਬਤ ਵਿੱਚ ਉਸ ਸਮੇਂ ਫਸ ਜਾਂਦੇ ਨੇ ਜਦੋਂ ਉਹ ਇਸ ਨਾਲ ਆਪਣੀ ਬਦਨਾਮੀ ਅਤੇ ਭਿਆਨਕ ਜ਼ੁਲਮ ਵੀ ਵਾਪਰਦੇ ਨੇ ਅਤੇ ਉਹ ਆਪਣੇ ਰਿਸ਼ਤਿਆਂ ਤੋਂ ਵੀ ਹੱਥ ਤੋਂ ਬੈਠਦੇ ਨੇ। ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ, ਪੰਜਾਬੀ TV। Thank you.